ਦੇ ਵਿੱਚ ਜਾਈਏ ਕਿਉਂਕਿ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਹੁੰਦੇ ਨਾ ਮੈਂ ਕਦੀ ਵੀ ਇਹ ਹਮੇਸ਼ਾ ਇਹ ਗੱਲ ਕਹਿੰਦਾ ਕੋਈ ਵੀ ਗਰੀਬ ਨਹੀਂ ਨਾ ਮੈਂ ਨਾ ਤੁਸੀਂ ਨਾ ਜਿਹਨੂੰ ਵੀ ਇਹ ਪਰਮਾਤਮਾ ਨੇ ਇਸ ਦੁਨੀਆ 'ਤੇ ਜਨਮ ਦਿੱਤਾ ਨਾ ਕੋਈ ਗਰੀਬ ਨਹੀਂ ਹੈਗਾ ਲੋੜਵੰਦ ਜ਼ਰੂਰ ਹੈ ਲੋੜਵੰਦ ਮੈਂ ਵੀ ਹਾਂ ਮੈਂ ਵੀ ਚਾਹੁੰਦਾ ਅੱਜ ਮੈਂ ਕੋਈ ਛੋਟੀ ਗੱਡੀ ਕੱਲ੍ਹ ਮੇਰੇ ਕੋਲ ਹੋਰ ਵੱਡੀ ਹੋਵੇ ਅੱਜ ਮੈਂ ਛੋਟੀ ਕੰਟਰੀ ਕੱਲ੍ਹ ਮੈਂ ਹੋਰ ਵੱਡੀ ਕੰਟਰੀ ਹੋਵਾਂ ਸੋ ਸਾਡੀ ਕੋਸ਼ਿਸ਼ ਸ਼ੁਰੂ ਕੀਤੀ ਅਸੀਂ ਬੱਚਿਆਂ ਨੂੰ ਪਾਣੀ ਤੋਂ ਕਿਉਂਕਿ ਅਸੀਂ ਜਦੋਂ ਬਾਹਰੋਂ ਆਈ ਦੇ ਨਾ ਖਾਸ ਕਰਕੇ ਕੈਨਰਾਈਜ਼ ਦੀ ਮੈਸੇਜ ਹੈ ਅਸੀਂ ਆਪਣੇ ਬੱਚਿਆਂ ਨੂੰ 10 ਦਿਨ ਬਾਹਰਲੇ ਬੱਚਿਆਂ ਨੂੰ 10 ਦਿਨ ਕਿ ਇੱਕ ਦਿਨ ਵੀ ਬਾਹਰਲਾ ਨਲਕੇ ਦਾ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਕਿਉਂਕਿ ਅੱਜ ਪਾਣੀ ਦੇ ਵਿੱਚ ਕੈਂਸਰ ਫੈਲ ਗਿਆ ਪੰਜਾਬ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਵੇ ਬੱਚਿਓ ਸੁਣਦੇ ਟੀ ਵੀ ਦੇ ਵਿੱਚ ਪੰਜਾਬ ਦੇ ਵਿੱਚ ਹਰ ਘਰ ਦੂਜੇ ਤੀਜੇ ਘਰ 'ਚ ਕੈਂਸਰ ਦੀ ਪ੍ਰੋਬਲਮ ਆ ਰਹੀ ਸੋ ਸਾਡੀ ਕੋਸ਼ਿਸ਼ ਇਹੀ ਸੀ ਰਲ ਮਿਲ ਕੇ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਹੈ ਸਾਡੇ ਹੁਸ਼ਿਆਰਪੁਰ 'ਚ ਲਾਗੇ ਲਾਗੇ ਜਾਂ ਕਪੂਰਥਲਾ ਜਾਂ ਜਲੰਧਰ ਦੇ ਵਿੱਚ ਜਿੱਥੇ ਜਿੱਥੇ ਵੱਡੇ ਆਰ ਓ ਸਿਸਟਮ ਨੇ 150 ਲੀਟਰ ਦੇ ਅਸੀਂ ਉਹ ਆਰ ਓ ਸਿਸਟਮ ਲਵਾ ਸਕੀਏ ਔਰ ਅਸੀਂ ਇਸ ਵਾਰੀ 8-9 ਸਕੂਲਾਂ ਦੇ ਵਿੱਚ ਆਰ ਓ ਸਿਸਟਮ ਲਵਾਏ ਕਪੂਰਥਲੇ ਹੁਸ਼ਿਆਰਪੁਰ ਜਲੰਧਰ ਦੇ ਔਰ ਫਗਵਾੜੇ ਦੇ ਏਰੀਏ 'ਚ ਔਰ ਮੈਂ ਤੁਹਾਡੇ ਨਾਲ ਵੀ ਪ੍ਰੋਮਿਸ ਕਰਦਾ ਜੇ ਇੱਥੇ ਆਰ ਓ ਸਿਸਟਮ ਨਹੀਂ ਲੱਗਾ ਤਾਂ ਮੈਂ ਆਪਣੇ ਜਾਣ ਤੋਂ ਬਾਅਦ ਆਪਣੇ ਕੁਝ ਦੋਸਤਾਂ ਨੂੰ ਅਪੀਲ ਕਰੂੰਗਾ ਜੋ ਕਿ ਕੈਨੇਡਾ ਅਮਰੀਕਾ ਜਾਂ ਯੂਰਪ 'ਚ ਰਹਿੰਦੇ ਕਿ ਇਸ ਸਕੂਲ ਦੇ ਵਿੱਚ ਵੀ ਵੱਡਾ ਆਰ ਓ ਸਿਸਟਮ ਲਵਾਇਆ ਜਾਵੇ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਇੱਕ ਘਰ ਦਾ ਪਾਣੀ ਜਾਂ ਨਲਕੇ ਦਾ ਪਾਣੀ ਪੀਣ ਨਹੀਂ ਦੇ ਸਕਦੇ ਤਾਂ ਤੁਸੀਂ ਵੀ ਤਾਂ ਕਿਸੇ ਦੇ ਬੱਚੇ ਹੋ ਸੋ ਅਸੀਂ ਇਹ ਇੱਥੇ ਆ ਕੇ ਕੋਈ ਵੋਟਾਂ ਨਹੀਂ ਲੈਣੀਆਂ ਜਾਂ ਇੱਥੇ ਆ ਕੇ ਕੋਈ ਸਟਾਰ ਨਹੀਂ ਲਵਾਉਣੇ ਸਿਰਫ ਤੁਹਾਡੀਆਂ ਦੁਆਵਾਂ ਲੈਣੀਆਂ ਕਿ ਤੁਸੀਂ ਦੁਆਵਾਂ ਦਿਓ ਤਾਂ ਕਿ ਅਸੀਂ ਇੱਥੇ ਸੇਵਾ ਕਰਦੇ ਰਹੀਏ ਇੱਥੇ ਨਹੀਂ ਪੰਜਾਬ ਦੇ ਜਿੱਥੇ ਸਕੂਲ ਹੈ ਜਿੱਥੇ ਲੋੜਵੰਦ ਸਕੂਲ ਹੈ ਉੱਥੇ ਜਾ ਕੇ ਇਹਨਾਂ ਦੀ ਮਦਦ ਕਰਦੇ ਰਹੀਏ ਔਰ ਸਾਡੀ ਸੰਸਥਾ ਇੱਕ ਹੈਲਪ ਦੈਨ ਸਮਾਈਲ ਆਸਟ੍ਰੇਲੀਆ ਫਰਾਂਸ ਔਰ ਸੋਚ ਚੈਰੀਟੇਬਲ ਟਰੱਸਟ ਜਿਹਨੂੰ ਕਿ ਸਰਦਾਰ ਸਰਬਜੀਤ ਸਿੰਘ ਚਲਾ ਰਹੇ ਹੋ ਅੱਜ ਇੱਥੇ ਆਏ ਨਹੀਂ ਸੋ ਮੇਰੀ ਕੋਸ਼ਿਸ਼ ਆ ਔਰ ਆਪਣਾ ਇੱਕ 8 ਤਰੀਕ ਨੂੰ ਇੱਥੇ ਲਾਗੇ ਕਰਤਾਰਪੁਰ ਪਿੰਡ ਖੁਰਦ ਕਲਾਂ ਮੈਡੀਕਲ ਕੈਂਪ ਹੈ ਅੰਖਾਂ ਦਾ ਉਹਦੇ ਵਿੱਚ ਜੇ ਕਿਸੇ ਦੇ ਬੇਟੀ ਦੇ ਜਾਂ ਬੇਟੇ ਦੇ ਜਾਂ ਭੈਣ ਭਰਾ ਦੇ ਕੋਈ ਵੀ ਅੱਖ ਦੇ ਵਿੱਚ ਕੋਈ ਨੁਕਸ ਹੈ ਜਾਂ ਅੱਖ ਤੋਂ ਦਿਖਦਾ ਨਹੀਂ ਜਾਂ ਐਨਕਾਂ ਦੀ ਪ੍ਰੋਬਲਮ ਹੈ ਟੋਟਲ ਉੱਥੇ ਇਲਾਜ ਫਰੀ ਹੋਏਗਾ ਔਰ ਜਿੰਨਾ ਵੀ ਉਹਦਾ ਆਪਰੇਸ਼ਨ ਦਾ ਖਰਚਾ ਉਹ ਜਿੰਦਾ ਹੀ ਹੋਸਪਿਟਲ ਕਰਨਗੇ ਉਹ ਜਿੰਦਾ ਹੀ ਹੋਸਪਿਟਲ 'ਚ ਹੋਊਗਾ ਔਰ ਜੋ ਵੀ ਲੋੜਵੰਦ ਬੰਦਾ ਤੁਹਾਡਾ ਮੰਮੀ ਹੈ ਬ੍ਰਦਰ ਹੈ ਦਾਦੀ ਹੈ ਕੋਈ ਵੀ ਹੈ ਉੱਥੇ ਇਲਾਜ ਜਿੰਦਾ ਹੀ ਹੋਸਪਿਟਲ 9-10 ਮਾਰਚ ਨੂੰ ਫਰੀ ਇਲਾਜ ਕਰਾ ਸਕਦਾ ਔਰ ਪਰਸੋਂ ਨੂੰ ਫਰੀ ਟੈਸਟ ਹੋਣਗੇ ਫਰੀ ਡਾਕਟਰ ਚੈੱਕਅਪ ਕਰਨਗੇ ਉਹ ਵੀ ਸਾਡੀ ਇੱਕ ਸੰਸਥਾ ਹੈ ਹੈਲਪਿੰਗ ਸਿੱਖ ਹੈਲਪਿੰਗ ਹੈਂਡ ਜਰਮਨ ਐਂਡ ਫਰਾਂਸ ਅਤੇ ਤੁਸੀਂ ਉਹਦਾ ਵੀ ਫਾਇਦਾ ਲੈ ਸਕਦੇ ਹੋ ਸੋ ਇੱਕ ਛੋਟੀ ਜਿਹੀ ਸੇਵਾ ਸੀ ਸਾਡੇ ਵੱਲੋਂ ਸੋ ਮੈਂ ਭੱਟੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਸਟਾਫ ਦਾ ਬਹੁਤ ਧੰਨਵਾਦ ਕਰਦਾ ਸੋ ਮੈਂ ਇੰਨਾ ਕਹਿਣਾ ਚਾਹੁੰਦਾ ਸੋ ਇੱਕ ਵਾਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ